ਨਵਦੀਪ ਜਲੇਬੜੀ ਜਿਹੜਾ ਨੇ ਉੱਥੇ ਪਹੁੰਚਦੇ ਨੇ। ਕਿਸਾਨ ਅੰਦੋਲਨ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵਾਟਰ ਕੈਨਨ ਦੇ ਨਾਮ ਤੋਂ ਨਵਦੀਪ ਜਿਹੜਾ ਨੇ ਮਸ਼ਹੂਰ ਹੁੰਦੇ ਨੇ, ਤਾਂ ਹਾਈਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਹੈ। ਕਿਸਾਨਾਂ ਨੇ ਨਵਦੀਪ ਦੀ ਰਿਹਾਈ ਦੇ ਲਈ ਜਿਹੜਾ SP ਦਫ਼ਤਰ ਘੇਰਨ ਦਾ ਵੀ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਕਿਹਾ ਸੀ ਕਿ 17 ਤੇ 18 ਜੁਲਾਈ ਨੂੰ SP ਅੰਬਾਲਾ ਦਫ਼ਤਰ ਘੇਰਿਆ ਜਾਏਗਾ, ਪਰ ਹੁਣ ਹਾਈਕੋਰਟ ਤੋਂ ਇਹ ਵੱਡੀ ਰਾਹਤ ਮਿਲ ਗਈ ਹੈ। ਤਾਂ ਦੱਸ ਦਈਏ ਕਿ ਨਵਦੀਪ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਨੇੜੇ 28 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਉੱਤੇ 307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। ਤਾਂ ਇਸ ਤੋਂ ਬਾਅਦ ਕਿਸਾਨ ਵੀਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਸਰਕਾਰ ਨੂੰ ਵੀ ਗੁਹਾਰ ਲਗਾਈ ਜਾ ਰਹੀ ਸੀ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਸੀ, ਤਾਂ ਰਾਹਤ ਮਿਲੀ ਹੈ ਨਵਦੀਪ ਨੂੰ। ਹਾਲਾਂਕਿ ਬਹੁਤ ਸਾਰੇ ਇਲਜ਼ਾਮ ਇਹ ਲਗਾਏ ਗਏ ਪੁਲਿਸ ਅਧਿਕਾਰੀਆਂ ਦੇ ਉੱਤੇ ਕਿ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਜਾ ਰਹੀ ਹੈ, ਉਹਨਾਂ ਨੂੰ ਹਿਰਾਸਤ ਦੇ ਵਿੱਚ ਜਦੋਂ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮਾਰਿਆ ਵੀ ਗਿਆ। ਇਸ ਸੰਬੰਧੀ ਜਦੋਂ ਨਵਦੀਪ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੀ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਮੀਡੀਆ ਦੇ ਵਿੱਚ ਇਹੀ ਬਿਆਨ ਜਾਰੀ ਕੀਤਾ ਜਾਂਦਾ, ਹਾਂ ਦਾ ਜਵਾਬ ਦਿੱਤਾ ਜਾਂਦਾ। ਜਦੋਂ ਮੀਡੀਆ ਅਧਿਕਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਤੁਹਾਨੂੰ ਹਿਰਾਸਤ ਦੇ ਵਿੱਚ ਮਾਰਿਆ ਕੁੱਟਿਆ ਜਾ ਰਿਹਾ, ਤਾਂ ਇਸ ਦੇ ਉੱਤੇ ਉਹ ਹਾਂ ਦਾ ਜਵਾਬ ਵੀ ਦਿੰਦੇ ਨੇ। ਅਜਿਹੇ ਦੇ ਵਿੱਚ ਨਵਦੀਪ ਜਲੇਬੜਾ ਹੁਣ ਜਲਦ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਣਗੇ। 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬਿਤਾਇਆ, ਤਾਂ ਜ਼ਮਾਨਤ ਜਿਹੜੀ ਹੈ ਉਹ ਮਿਲ ਚੁੱਕੀ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਮਿਲੀ ਆ। ਹਾਲਾਂਕਿ 17 ਤੇ 18 ਤਰੀਕ ਦੀ ਜੇਕਰ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੇ ਵੱਲੋਂ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਸੰਬੰਧੀ ਹੀ ਦੁਬਾਰਾ ਧਰਨਾ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ। SP ਦਫ਼ਤਰ ਹਰਿਆਣਾ ਦੇ ਵਿੱਚ ਘੇਰਿਆ ਜਾਣਾ ਸੀ, ਤਾਂ ਹੁਣ ਸ਼ਾਇਦ ਉਹ ਨਹੀਂ ਘੇਰਿਆ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਮੰਗ ਸੀ ਸਭ ਤੋਂ ਵੱਡੀ ਕਿ ਨਵਦੀਪ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। ਅਜਿਹੇ ਦੇ ਵਿੱਚ ਜਦੋਂ ਹੁਣ ਇਹ ਖਬਰ ਬਾਹਰ ਆ ਚੁੱਕੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜੋ SP ਦਫ਼ਤਰ ਘੇਰਨ ਦੀ ਗੱਲ ਸੀ ਉਹ ਜਿਹੜਾ ਮੁੜ ਤੋਂ ਕਿਸਾਨ ਉੱਥੇ ਜਾਣਗੇ, ਤਾਂ ਹੁਣ ਨਵਦੀਪ ਜਦੋਂ ਬਾਹਰ ਆਣਗੇ ਸਾਰੀ ਸੱਚਾਈ ਖੁਦ ਦੱਸਣਗੇ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਗਿਆ ਸੀ ਔਰ ਇਹਨੇ 3 ਮਹੀਨੇ ਕਿਸ ਤਰੀਕੇ ਦੇ ਉਹਨਾਂ ਦੇ ਗੁਜ਼ਰੇ ਜੇਲ੍ਹ ਦੇ ਵਿੱਚ। ਪਰ ਇਹ ਜ਼ਰੂਰ ਰਾਹਤ ਦੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਵੀ ਜੋ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ ਕਿ ਨਵਦੀਪ ਵਾਟਰ ਕੈਨਨ ਵਾਲਾ ਮੁੰਡਾ ਕਦੋਂ ਜਿਹੜਾ ਜੇਲ੍ਹ ਤੋਂ ਬਾਹਰ ਆਏਗਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ। ਨਵਦੀਪ ਜੋ ਕਿ ਜ਼ਿਆਦਾਤਰ ਮਸ਼ਹੂਰ ਹੈ ਵਾਟਰ ਕੈਨਨ ਬੋਏ ਦੇ ਨਾਮ ਤੋਂ, ਜੋ ਕਿ ਬਹੁਤ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੀ ਗ੍ਰਿਫਤ ਦੇ ਵਿੱਚ ਸੀ, ਲਗਭਗ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ, ਰਿਹਾਅ ਕਰ ਦਿੱਤਾ ਗਿਆ, ਭਾਵ ਜ਼ਮਾਨਤ ਮਿਲ ਚੁੱਕੀ ਹੈ। ਜ਼ਮਾਨਤ ਦੇ ਲਈ ਠੋਕਰਾਂ ਜਿਹੜੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਵੀਰ ਜਿਹੜੇ ਨੇ ਉਹ ਖਾ ਰਹੇ ਸੀ, ਤਾਂ ਇਸੇ ਦੇ ਵਿਚਾਲੇ ਪੰਜਾਬ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਕਿਤੇ ਨਾ ਕਿਤੇ ਰਾਹਤ ਦਿੰਦਾ ਹੋਇਆ ਨਜ਼ਰ ਆ ਰਿਹਾ। ਅਪਡੇਟ ਵੱਲ ਰੁਕ ਕਰਾਂਗੇ। ਦੱਸ ਦਈਏ ਕਿ ਜਦੋਂ ਮੁੜ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਉਸੇ ਦੌਰਾਨ ਨਵਦੀਪ ਜਲੇਬੜੀ ਜਿਹੜਾ ਨੇ ਉੱਥੇ ਪਹੁੰਚਦੇ ਨੇ। ਕਿਸਾਨ ਅੰਦੋਲਨ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵਾਟਰ ਕੈਨਨ ਦੇ ਨਾਮ ਤੋਂ ਨਵਦੀਪ ਜਿਹੜਾ ਨੇ ਮਸ਼ਹੂਰ ਹੁੰਦੇ ਨੇ, ਤਾਂ ਹਾਈਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਹੈ। ਕਿਸਾਨਾਂ ਨੇ ਨਵਦੀਪ ਦੀ ਰਿਹਾਈ ਦੇ ਲਈ ਜਿਹੜਾ SP ਦਫ਼ਤਰ ਘੇਰਨ ਦਾ ਵੀ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਕਿਹਾ ਸੀ ਕਿ 17 ਤੇ 18 ਜੁਲਾਈ ਨੂੰ SP ਅੰਬਾਲਾ ਦਫ਼ਤਰ ਘੇਰਿਆ ਜਾਏਗਾ, ਪਰ ਹੁਣ ਹਾਈਕੋਰਟ ਤੋਂ ਇਹ ਵੱਡੀ ਰਾਹਤ ਮਿਲ ਗਈ ਹੈ। ਤਾਂ ਦੱਸ ਦਈਏ ਕਿ ਨਵਦੀਪ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਨੇੜੇ 28 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਉੱਤੇ
307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਕਿਸਾਨ ਵੀਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਸਰਕਾਰ ਨੂੰ ਵੀ ਗੁਹਾਰ ਲਗਾਈ ਜਾ ਰਹੀ ਸੀ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਸੀ ਤਾਂ ਰਾਹਤ ਮਿਲੀ ਹੈ ਨਵਦੀਪ ਨੂੰ। ਹਾਲਾਂਕਿ ਬਹੁਤ ਸਾਰੇ ਇਲਜ਼ਾਮ ਇਹ ਲਗਾਏ ਗਏ ਪੁਲਿਸ ਅਧਿਕਾਰੀਆਂ ਦੇ ਉੱਤੇ ਕਿ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਜਾ ਰਹੀ ਹੈ, ਉਹਨਾਂ ਨੂੰ ਹਿਰਾਸਤ ਦੇ ਵਿੱਚ ਜਦੋਂ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮਾਰਿਆ ਵੀ ਗਿਆ। ਇਸ ਸੰਬੰਧੀ ਜਦੋਂ ਨਵਦੀਪ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੀ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਮੀਡੀਆ ਦੇ ਵਿੱਚ ਇਹੀ ਬਿਆਨ ਜਾਰੀ ਕੀਤਾ ਜਾਂਦਾ, ਹਾਂ ਦਾ ਜਵਾਬ ਦਿੱਤਾ ਜਾਂਦਾ। ਜਦੋਂ ਮੀਡੀਆ ਅਧਿਕਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਤੁਹਾਨੂੰ ਹਿਰਾਸਤ ਦੇ ਵਿੱਚ ਮਾਰਿਆ ਕੁੱਟਿਆ ਜਾ ਰਿਹਾ ਤਾਂ ਇਸ ਦੇ ਉੱਤੇ ਉਹ ਹਾਂ ਦਾ ਜਵਾਬ ਵੀ ਦਿੰਦੇ ਨੇ। ਅਜਿਹੇ ਦੇ ਵਿੱਚ ਨਵਦੀਪ ਜਲੇਬੜਾ ਹੁਣ ਜਲਦ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਉਣਗੇ। 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬਿਤਾਇਆ ਤਾਂ ਜ਼ਮਾਨਤ ਜਿਹੜੀ ਹੈ ਉਹ ਮਿਲ ਚੁੱਕੀ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਮਿਲੀ ਹੈ। ਹਾਲਾਂਕਿ 17 ਅਤੇ 18 ਤਰੀਕ ਦੀ ਜੇਕਰ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੇ ਵੱਲੋਂ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਸੰਬੰਧੀ ਹੀ ਦੁਬਾਰਾ ਧਰਨਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ। SP ਦਫ਼ਤਰ ਹਰਿਆਣਾ ਦੇ ਵਿੱਚ ਘੇਰਿਆ ਜਾਣਾ ਸੀ ਤਾਂ ਹੁਣ ਸ਼ਾਇਦ ਉਹ ਨਹੀਂ ਘੇਰਿਆ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਮੰਗ ਸੀ ਸਭ ਤੋਂ ਵੱਡੀ ਕਿ ਨਵਦੀਪ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। ਅਜਿਹੇ ਦੇ ਵਿੱਚ ਜਦੋਂ ਹੁਣ ਇਹ ਖਬਰ ਬਾਹਰ ਆ ਚੁੱਕੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜੋ SP ਦਫ਼ਤਰ ਘੇਰਨ ਦੀ ਗੱਲ ਸੀ ਉਹ ਜਿਹੜਾ ਮੁਰਤੋਂ ਕਿਸਾਨ ਉੱਥੇ ਜਾਣਗੇ ਤਾਂ ਹੁਣ ਨਵਦੀਪ ਜਦੋਂ ਬਾਹਰ ਆਉਣਗੇ ਸਾਰੀ ਸੱਚਾਈ ਖੁਦ ਦੱਸਣਗੇ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਗਿਆ ਸੀ ਔਰ ਇਹਨੇ 3 ਮਹੀਨੇ ਕਿਸ ਤਰੀਕੇ ਦੇ ਉਹਨਾਂ ਦੇ ਗੁਜ਼ਰੇ ਜੇਲ੍ਹ ਦੇ ਵਿੱਚ। ਪਰ ਇਹ ਜ਼ਰੂਰ ਰਾਹਤ ਦੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਵੀ ਜੋ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ ਕਿ ਨਵਦੀਪ ਵਾਟਰ ਕੈਨਨ ਵਾਲਾ ਮੁੰਡਾ ਕਦੋਂ ਜਿਹੜਾ ਜੇਲ੍ਹ ਤੋਂ ਬਾਹਰ ਆਏਗਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ। ਨਵਦੀਪ ਜੋ ਕਿ ਜ਼ਿਆਦਾਤਰ ਮਸ਼ਹੂਰ ਹੈ ਵਾਟਰ ਕੈਨਨ ਬੋਏ ਦੇ ਨਾਮ ਤੋਂ, ਜੋ ਕਿ ਬਹੁਤ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੀ ਗ੍ਰਿਫਤ ਦੇ ਵਿੱਚ ਸੀ, ਲਗਭਗ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ, ਰਿਹਾਅ ਕਰ ਦਿੱਤਾ ਗਿਆ, ਭਾਵ ਜ਼ਮਾਨਤ ਮਿਲ ਚੁੱਕੀ ਹੈ। ਜ਼ਮਾਨਤ ਦੇ ਲਈ ਠੋਕਰਾਂ ਜਿਹੜੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਵੀਰ ਜਿਹੜੇ ਨੇ ਉਹ ਖਾ ਰਹੇ ਸੀ ਤਾਂ ਇਸੇ ਦੇ ਵਿਚਾਲੇ ਪੰਜਾਬ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਕਿੱਥੇ ਨਾ ਕਿੱਥੇ ਰਾਹਤ ਦਿੰਦਾ ਹੋਇਆ ਨਜ਼ਰ ਆ ਰਿਹਾ। ਅਪਡੇਟ ਵੱਲ ਰੁਕ ਕਰਾਂਗੇ। ਦੱਸ ਦਈਏ ਕਿ ਜਦੋਂ ਮੁੜ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਉਸੇ ਦੌਰਾਨ ਨਵਦੀਪ ਜਲੇਬੜੀ ਜਿਹੜਾ ਨੇ ਉੱਥੇ ਪਹੁੰਚਦੇ ਨੇ। ਕਿਸਾਨ ਅੰਦੋਲਨ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵਾਟਰ ਕੈਨਨ ਦੇ ਨਾਮ ਤੋਂ ਨਵਦੀਪ ਜਿਹੜਾ ਨੇ ਮਸ਼ਹੂਰ ਹੁੰਦੇ ਨੇ ਤਾਂ ਹਾਈਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਹੈ। ਕਿਸਾਨਾਂ ਨੇ ਨਵਦੀਪ ਦੀ ਰਿਹਾਈ ਦੇ ਲਈ ਜਿਹੜਾ SP ਦਫ਼ਤਰ ਘੇਰਨ ਦਾ ਵੀ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਕਿਹਾ ਸੀ ਕਿ 17 ਅਤੇ 18 ਜੁਲਾਈ ਨੂੰ SP ਅੰਬਾਲਾ ਦਫ਼ਤਰ ਘੇਰਿਆ ਜਾਏਗਾ, ਪਰ ਹੁਣ ਹਾਈਕੋਰਟ ਤੋਂ ਇਹ ਵੱਡੀ ਰਾਹਤ ਮਿਲ ਗਈ ਹੈ। ਤਾਂ ਦੱਸ ਦਈਏ ਕਿ ਨਵਦੀਪ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਨੇੜੇ 28 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਉੱਤੇ 307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਕਿਸਾਨ ਵੀਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਸਰਕਾਰ ਨੂੰ ਵੀ ਗੁਹਾਰ ਲਗਾਈ ਜਾ ਰਹੀ ਸੀ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਸੀ ਤਾਂ ਰਾਹਤ ਮਿਲੀ ਹੈ ਨਵਦੀਪ ਨੂੰ। ਹਾਲਾਂਕਿ ਬਹੁਤ ਸਾਰੇ ਇਲਜ਼ਾਮ ਇਹ ਲਗਾਏ ਗਏ ਪੁਲਿਸ ਅਧਿਕਾਰੀਆਂ ਦੇ ਉੱਤੇ ਕਿ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਜਾ ਰਹੀ ਹੈ, ਉਹਨਾਂ ਨੂੰ
ਹਿਰਾਸਤ ਦੇ ਵਿੱਚ ਜਦੋਂ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮਾਰਿਆ ਵੀ ਗਿਆ। ਇਸ ਸੰਬੰਧੀ ਜਦੋਂ ਨਵਦੀਪ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੀ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਮੀਡੀਆ ਦੇ ਵਿੱਚ ਇਹੀ ਬਿਆਨ ਜਾਰੀ ਕੀਤਾ ਜਾਂਦਾ, ਹਾਂ ਦਾ ਜਵਾਬ ਦਿੱਤਾ ਜਾਂਦਾ। ਜਦੋਂ ਮੀਡੀਆ ਅਧਿਕਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਤੁਹਾਨੂੰ ਹਿਰਾਸਤ ਦੇ ਵਿੱਚ ਮਾਰਿਆ ਕੁੱਟਿਆ ਜਾ ਰਿਹਾ, ਤਾਂ ਇਸ ਦੇ ਉੱਤੇ ਉਹ ਹਾਂ ਦਾ ਜਵਾਬ ਵੀ ਦਿੰਦੇ ਨੇ। ਅਜਿਹੇ ਦੇ ਵਿੱਚ ਨਵਦੀਪ ਜਲੇਬੜਾ ਹੁਣ ਜਲਦ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਉਣਗੇ। 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬਿਤਾਇਆ, ਤਾਂ ਜ਼ਮਾਨਤ ਜਿਹੜੀ ਹੈ ਉਹ ਮਿਲ ਚੁੱਕੀ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਮਿਲੀ ਆ। ਹਾਲਾਂਕਿ 17 ਤੇ 18 ਤਰੀਕ ਦੀ ਜੇਕਰ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੇ ਵੱਲੋਂ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਸੰਬੰਧੀ ਹੀ ਦੁਬਾਰਾ ਧਰਨਾ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ। SP ਦਫ਼ਤਰ ਹਰਿਆਣਾ ਦੇ ਵਿੱਚ ਘੇਰਿਆ ਜਾਣਾ ਸੀ, ਤਾਂ ਹੁਣ ਸ਼ਾਇਦ ਉਹ ਨਹੀਂ ਘੇਰਿਆ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਮੰਗ ਸੀ ਸਭ ਤੋਂ ਵੱਡੀ ਕਿ ਨਵਦੀਪ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ। ਅਜਿਹੇ ਦੇ ਵਿੱਚ ਜਦੋਂ ਹੁਣ ਇਹ ਖਬਰ ਬਾਹਰ ਆ ਚੁੱਕੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜੋ SP ਦਫ਼ਤਰ ਘੇਰਨ ਦੀ ਗੱਲ ਸੀ ਉਹ ਜਿਹੜਾ ਮੁੜ ਤੋਂ ਕਿਸਾਨ ਉੱਥੇ ਜਾਣਗੇ, ਤਾਂ ਹੁਣ ਨਵਦੀਪ ਜਦੋਂ ਬਾਹਰ ਆਉਣਗੇ ਸਾਰੀ ਸੱਚਾਈ ਖੁਦ ਦੱਸਣਗੇ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਗਿਆ ਸੀ ਔਰ ਇਹਨੇ 3 ਮਹੀਨੇ ਕਿਸ ਤਰੀਕੇ ਦੇ ਉਹਨਾਂ ਦੇ ਗੁਜ਼ਰੇ ਜੇਲ੍ਹ ਦੇ ਵਿੱਚ। ਪਰ ਇਹ ਜ਼ਰੂਰ ਰਾਹਤ ਦੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਵੀ ਜੋ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ ਕਿ ਨਵਦੀਪ ਵਾਟਰ ਕੈਨਨ ਵਾਲਾ ਮੁੰਡਾ ਕਦੋਂ ਜਿਹੜਾ ਜੇਲ੍ਹ ਤੋਂ ਬਾਹਰ ਆਏਗਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ। ਨਵਦੀਪ ਜੋ ਕਿ ਜ਼ਿਆਦਾਤਰ ਮਸ਼ਹੂਰ ਹੈ ਵਾਟਰ ਕੈਨਨ ਬੋਏ ਦੇ ਨਾਮ ਤੋਂ, ਜੋ ਕਿ ਬਹੁਤ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੀ ਗ੍ਰਿਫਤ ਦੇ ਵਿੱਚ ਸੀ, ਲਗਭਗ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ, ਰਿਹਾ ਕਰ ਦਿੱਤਾ ਗਿਆ, ਭਾਵ ਜ਼ਮਾਨਤ ਮਿਲ ਚੁੱਕੀ ਹੈ। ਜ਼ਮਾਨਤ ਦੇ ਲਈ ਠੋਕਰਾਂ ਜਿਹੜੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਵੀਰ ਜਿਹੜੇ ਨੇ ਉਹ ਖਾ ਰਹੇ ਸੀ, ਤੇ ਇਸੇ ਦੇ ਵਿਚਾਲੇ ਪੰਜਾਬ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਕਿਤੇ ਨਾ ਕਿਤੇ ਰਾਹਤ ਦਿੰਦਾ ਹੋਇਆ ਨਜ਼ਰ ਆ ਰਿਹਾ। ਅਪਡੇਟ ਵੱਲ ਰੁਕ ਕਰਾਂਗੇ, ਦੱਸ ਦਈਏ ਕਿ ਜਦੋਂ ਮੁੜ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਉਸੇ ਦੌਰਾਨ ਨਵਦੀਪ ਜਲੇਬੜੀ ਜਿਹੜਾ ਨੇ ਉੱਥੇ ਪਹੁੰਚਦੇ ਨੇ। ਕਿਸਾਨ ਅੰਦੋਲਨ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵਾਟਰ ਕੈਨਨ ਦੇ ਨਾਮ ਤੋਂ ਨਵਦੀਪ ਜਿਹੜਾ ਨੇ ਮਸ਼ਹੂਰ ਹੁੰਦੇ ਨੇ, ਤਾਂ ਹਾਈਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਹੈ। ਕਿਸਾਨਾਂ ਨੇ ਨਵਦੀਪ ਦੀ ਰਿਹਾਈ ਦੇ ਲਈ ਜਿਹੜਾ SP ਦਫ਼ਤਰ ਘੇਰਨ ਦਾ ਵੀ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਕਿਹਾ ਸੀ ਕਿ 17 ਤੇ 18 ਜੁਲਾਈ ਨੂੰ SP ਅੰਬਾਲਾ ਦਫ਼ਤਰ ਘੇਰਿਆ ਜਾਏਗਾ, ਪਰ ਹੁਣ ਹਾਈਕੋਰਟ ਤੋਂ ਇਹ ਵੱਡੀ ਰਾਹਤ ਮਿਲ ਗਈ ਹੈ। ਤਾਂ ਦੱਸ ਦਈਏ ਕਿ ਨਵਦੀਪ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਨੇੜੇ 28 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਉੱਤੇ 307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। ਤਾਂ ਇਸ ਤੋਂ ਬਾਅਦ ਕਿਸਾਨ ਵੀਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਸਰਕਾਰ ਨੂੰ ਵੀ ਗੁਹਾਰ ਲਗਾਈ ਜਾ ਰਹੀ ਸੀ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਲੰਮੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਸੀ, ਤਾਂ ਰਾਹਤ ਮਿਲੀ ਹੈ ਨਵਦੀਪ ਨੂੰ। ਹਾਲਾਂਕਿ ਬਹੁਤ ਸਾਰੇ ਇਲਜ਼ਾਮ ਇਹ ਲਗਾਏ ਗਏ ਪੁਲਿਸ ਅਧਿਕਾਰੀਆਂ ਦੇ ਉੱਤੇ ਕਿ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਜਾ ਰਹੀ ਹੈ, ਉਹਨਾਂ ਨੂੰ ਹਿਰਾਸਤ ਦੇ ਵਿੱਚ ਜਦੋਂ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮਾਰਿਆ ਵੀ ਗਿਆ। ਇਸ ਸੰਬੰਧੀ ਜਦੋਂ ਨਵਦੀਪ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੀ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਉਸ ਵਕਤ ਵੀ ਉਹਨਾਂ ਵੱਲੋਂ ਮੀਡੀਆ ਦੇ ਵਿੱਚ ਇਹੀ ਬਿਆਨ ਜਾਰੀ ਕੀਤਾ ਜਾਂਦਾ, ਹਾਂ ਦਾ ਜਵਾਬ ਦਿੱਤਾ ਜਾਂਦਾ। ਜਦੋਂ ਮੀਡੀਆ ਅਧਿਕਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਤੁਹਾਨੂੰ ਹਿਰਾਸਤ ਦੇ ਵਿੱਚ ਮਾਰਿਆ ਕੁੱਟਿਆ ਜਾ ਰਿਹਾ, ਤਾਂ ਇਸ ਦੇ ਉੱਤੇ ਉਹ ਹਾਂ ਦਾ ਜਵਾਬ ਵੀ ਦਿੰਦੇ ਨੇ। ਅਜਿਹੇ ਦੇ ਵਿੱਚ ਨਵਦੀਪ ਜਲੇਬੜਾ ਹੁਣ ਜਲਦ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਉਣਗੇ। 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬਿਤਾਇਆ, ਤਾਂ ਜ਼ਮਾਨਤ ਜਿਹੜੀ ਹੈ
ਉਹ ਮਿਲ ਚੁੱਕੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਮਿਲੀ ਆ। ਹਾਲਾਂਕਿ 17 ਤੇ 18 ਤਰੀਕ ਦੀ ਜੇਕਰ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੇ ਵੱਲੋਂ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਸੰਬੰਧੀ ਹੀ ਦੁਬਾਰਾ ਧਰਨਾ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾਣੀ ਸੀ। SP ਦਫ਼ਤਰ ਹਰਿਆਣਾ ਦੇ ਵਿੱਚ ਘੇਰਿਆ ਜਾਣਾ ਸੀ, ਤਾਂ ਹੁਣ ਸ਼ਾਇਦ ਉਹ ਨਹੀਂ ਘੇਰਿਆ ਜਾਏਗਾ ਕਿਉਂਕਿ ਉਹਨਾਂ ਦੀ ਜਿਹੜੀ ਮੰਗ ਸੀ ਸਭ ਤੋਂ ਵੱਡੀ ਕਿ ਨਵਦੀਪ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। ਅਜਿਹੇ ਦੇ ਵਿੱਚ ਜਦੋਂ ਹੁਣ ਇਹ ਖਬਰ ਬਾਹਰ ਆ ਚੁੱਕੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜੋ SP ਦਫ਼ਤਰ ਘੇਰਨ ਦੀ ਗੱਲ ਸੀ ਉਹ ਜਿਹੜਾ ਮੁੜ ਤੋਂ ਕਿਸਾਨ ਉੱਥੇ ਜਾਣਗੇ, ਤਾਂ ਹੁਣ ਨਵਦੀਪ ਜਦੋਂ ਬਾਹਰ ਆਣਗੇ ਸਾਰੀ ਸੱਚਾਈ ਖੁਦ ਦੱਸਣਗੇ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਗਿਆ ਸੀ ਔਰ ਇਹਨੇ 3 ਮਹੀਨੇ ਕਿਸ ਤਰੀਕੇ ਦੇ ਉਹਨਾਂ ਦੇ ਗੁਜ਼ਰੇ ਜੇਲ੍ਹ ਦੇ ਵਿੱਚ। ਪਰ ਇਹ ਜ਼ਰੂਰ ਰਾਹਤ ਦੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਵੀ ਜੋ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ ਕਿ ਨਵਦੀਪ ਵਾਟਰ ਕੈਨਨ ਵਾਲਾ ਮੁੰਡਾ ਕਦੋਂ ਜਿਹੜਾ ਜੇਲ੍ਹ ਤੋਂ ਬਾਹਰ ਆਏਗਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ। ਨਵਦੀਪ ਜੋ ਕਿ ਜ਼ਿਆਦਾਤਰ ਮਸ਼ਹੂਰ ਹੈ ਵਾਟਰ ਕੈਨਨ ਬੋਏ ਦੇ ਨਾਮ ਤੋਂ, ਜੋ ਕਿ ਬਹੁਤ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੀ ਗ੍ਰਿਫਤ ਦੇ ਵਿੱਚ ਸੀ, ਲਗਭਗ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ।